ਹਾਦੀ ਤੇ ਕਮਲਜੀਤ ਪਹਿਲਵਾਨ ਦੋਨਾਂ ਪਹਿਲਵਾਨਾਂ ਦੀ ਬੜੀ ਵੱਡੀ ਕੁਸ਼ਤੀ ਅਖਾੜੇ ਦੇ ਵਿੱਚ ਸ਼ੁਰੂ ਹੋਣ ਲੱਗੀ ਹੈ। ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਸਾਰੀ ਸੰਗਤ। ਹੋ ਹਾਏ ਹਾਏ, ਜੰਡੀ ਪਿੰਡ ਹੈ, ਜੰਡੀ ਪਿੰਡ ਦੀ ਧਰਤੀ ਤੇ ਵੱਡਾ ਯੁੱਧ ਹੋਣ ਜਾ ਰਿਹਾ, ਵੱਡਾ ਯੁੱਧ ਹੋਣ ਜਾ ਰਿਹਾ। ਵੀ ਕੋਸੀਆ ਢੋਲੀ ਸਾਹਿਬ, ਹੁਣ ਭਾਵੇਂ ਤੁਸੀਂ ਰੈਸਟ ਹੀ ਕਰ ਲਓ, ਕਿਉਂਕਿ ਹੁਣ ਆਪਾਂ ਡਿਊ ਡਿਊਟ ਬੋਲਾਂਗੇ। ਹੁਣ ਸਿਰਫ ਆਉਣ ਲਈ ਕੁਸ਼ਤੀ ਦੀ ਗੱਲ ਹੋਣੀ ਹੈ। ਹੈਦੀ ਪਹਿਲਵਾਨ ਇਰਾਨ ਤੋਂ ਦੂਸਰੇ ਪਾਸੇ ਕਮਲਜੀਤ ਡੁਮਚੜੀ, ਘੱਟੋ ਘੱਟ 1.25 ਲੱਖ ਦੀ ਮਾਲੀ ਹੈ ਔਰ ਤਾੜੀ ਇੰਨੀ ਕੁ ਜ਼ੋਰ ਦੀ ਵੱਜਣੀ ਚਾਹੀਦੀ ਆ ਕਿ ਲੋਕਾਂ ਨੂੰ ਪਤਾ ਲੱਗੇ, ਉਹਨੂੰ ਸਾਹ ਲੱਗੇ ਤਾੜੀ ਮਾਰੇ ਤੁਸੀਂ ਦੇ ਵਾਸਤੇ। ਓ ਬੱਲੇ 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 ਬੱਲੇ, ਕਿਆ ਓ ਭਾਈ, ਇਹਨੂੰ ਸਾਂਭੋ, ਇਹਨੂੰ ਸਾਂਭੋ। ਕਿਹੜੇ ਪਿੰਡੋਂ ਆਇਆ? ਇਹ ਗੁਆਂਢੀ ਪਿੰਡ ਹੈ, ਇਹਨੂੰ ਪਿੱਛੇ ਲੈ ਕੇ ਸੈੱਲ ਕਰ ਦੋ ਇਹਦੇ। ਆ ਸਾਡੇ ਭਰਾ ਠਾਕੁਰ ਰੂਬੀ ਭਾਜੀ ਵੱਲੋਂ 50 ਰੁਪਏ ਦੇ ਵੱਡੇ ਮਾਸਮਾ ਛੋਟੀ ਬੱਚੀ ਦੇ ਵਾਸਤੇ ਆਏ ਹੈ, ਛੋਟੀ ਗੁੜੀਆ। ਇੱਕ ਵੱਡੀ ਅਨਾਊਂਸਮੈਂਟ ਭਾਜੀ, ਦਰੋਣਾ ਆਉਣ ਵਾਲੀ 15 ਤਰੀਕ ਨੂੰ ਛੋਟੇ ਬਿਆਨਪੁਰ ਦੀ ਧਰਤੀ ਤੇ ਵੱਡਾ ਦੰਗਲ, ਵੱਡਾ ਦੰਗਲ ਹੈ। ਹੈਦੀ ਇਰਾਨੀ ਤੇ ਧਰਮਿੰਦਰ ਕੋਹਾਲੀ, 1.25 ਲੱਖ ਦੀ ਝੰਡੀ ਆ। 2 ਨੰਬਰ ਦੀ ਮਾਲੀ ਸੁਨੀਲ ਪਹਿਲਵਾਨ ਜੀਰਕਪੁਰ ਤੋਂ, ਬਿਨਿਆਮੀਨ ਜੰਮੂ। ਇਸ ਤੋਂ ਇਲਾਵਾ ਐਕਸ਼ਨਾਂ ਦੀ ਕਬੱਡੀ ਆਉਣ ਲਈ ਵੱਡੀ ਮਾਲੀ ਦੀ ਕੁਸ਼ਤੀ ਦੀ ਗੱਲ ਕਰੀਏ। ਹਾਂਜੀ ਅਲੀ ਜੀ, ਦੇਖੋ ਗੱਲ ਸਾਫ਼ ਹੈ, ਗੱਲ ਸੁਥਰੀ ਹੈ। ਜੰਡੀ ਪਿੰਡ ਵਾਲਿਆਂ ਨੇ ਜੇ ਛਿੰਝ ਕਰਵਾਈ ਹੈ ਤੇ ਮੈਂ ਕਹਿਣਾ ਹੈ ਕਿ ਹਿੰਦੁਸਤਾਨ ਲੈਵਲ ਦੀ ਨਹੀਂ। ਅਲੀ ਜੀ, ਜਿਸ ਵੀਰ ਦੀ ਉਡੀਕ ਸੀ ਬਲਵਾਨ ਸਿੰਘ ਪਹਿਲਵਾਨ, ਇਸ ਅਖਾੜੇ ਦੇ ਪੁਰਾਣੇ ਪਹਿਲਵਾਨ, ਕਰੋ ਆ ਗੱਲ। ਬਲਵਾਨ ਸਿੰਘ ਜੀ, ਜਿਹਨਾਂ ਦੀ ਸਿਹਤ ਥੋੜੀ ਢਿੱਲੀ ਹੈ, ਮਾਲਕ ਦੇ ਅੱਗੇ ਅਰਦਾਸ ਕਰਿਓ ਕਿ ਸਾਡਾ ਭਰਾ ਜਿਹੜਾ ਬਹੁਤ ਜਲਦ ਸਿਹਤਯਾਬ ਹੋਵੇ, ਹੋਰ ਵੀ ਮਾਲਕ ਤੰਦਰੁਸਤੀ ਬਖਸ਼ੇ। ਇੱਕ ਵਾਰ ਤਾੜੀਆਂ ਮਾਰ ਦਿਓ ਸ਼੍ਰੀ ਬਲਵਾਨ ਜੀ ਦੇ ਵਾਸਤੇ ਯਾਰ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ। ਬਲਵਾਨ ਜੀ ਹੁਣਾਂ ਦੀ ਸਿਹਤ ਭਾਵੇਂ ਢਿੱਲੀ ਹੈ ਪਰ ਚੰਡੀਗੜ੍ਹ ਤੋਂ ਸਿੱਧਾ ਹੀ ਦਵਾਈ ਲੈ ਕੇ ਇੱਥੇ ਪੁੱਜੇ ਹੈ। ਲਓ ਕਮਲਜੀਤ ਤੇ ਹੌਦੀ ਇਰਾਨ ਵਾਲੇ ਦੀ ਕੁਸ਼ਤੀ ਹੈ। ਹਾਂਜੀ, ਬਲਵਾਨ ਹੁੰਦੀ ਨਹੀਂ, ਬੱਲੇ ਬੱਲੇ ਕਰਵਾਉਣੀ ਪੈਂਦੀ ਹੈ। ਦੁਨੀਆ ਦੇ ਵਿੱਚ ਜੈ ਜੈਕਾਰ ਹੁੰਦੀ ਨਹੀਂ, ਜੈ ਜੈਕਾਰ ਅਮਿਤ ਭਾਜੀ ਕਰਵਾਉਣੀ ਪੈਂਦੀ ਹੈ, ਤਾਂ ਜਾ ਕੇ ਕਿਤੇ ਏਦਾਂ ਦੇ ਛਿੰਝ ਮੇਲੇ ਹੁੰਦੇ ਹੈ ਕਿ ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੈਂ ਦੀਦਾਵਰ ਪੈਦਾ, ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੈਂ ਦੀਦਾਵਰ ਪੈਦਾ। ਤਸੀਮ ਇੰਟਰਟੇਨਮੈਂਟ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ, ਬੜੀ ਪਿਆਰੀ ਸਾਉਣ ਹੈ ਸਾਡੇ ਭਰਾ ਦੀ ਜਿਹੜਾ ਸਾਡੇ ਕੋਲ ਅੱਜ ਬੁਲਾਈ ਜਾ ਰਿਹਾ ਹੈ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਲਓ ਸਾਹਮਣੇ ਦੇਖਦੇ ਹਾਂ, ਕੁਸ਼ਤੀ ਬੜੀ ਵੱਡੀ ਲੱਗੀ ਹੈ। ਲੈ ਵੀ ਜਕੂਬ ਅਲੀ, ਮੈਂ ਕਹਿੰਦਾ ਹੁੰਦਾ ਕਿ ਹੰਕਾਰ ਕਦੇ ਵੀ ਕਿਸੇ ਨੂੰ ਨਹੀਂ ਕਰਨਾ ਚਾਹੀਦਾ। ਹੰਕਾਰ ਜਿਹੜਾ ਹੈ ਉਹ ਬਹੁਤ ਮਾੜਾ ਹੈ। ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਹੰਕਾਰ ਕਿਸ ਗੱਲ ਦਾ ਕਰਾਂ ਸਜਣਾ। ਓ ਬੱਲੇ 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 ਬੱਲੇ, ਇੱਥੇ ਰੱਖ ਸਾਡਾ ਹੱਕ, ਇੱਥੇ ਰੱਖ ਸਾਡਾ ਹੱਕ, ਇੱਥੇ ਰੱਖ। ਉਹ ਵੱਡਾ ਯੁੱਧ ਹੈ ਕਿ ਹੰਕਾਰ ਜਿਸ ਕਿਸ ਗੱਲ ਦਾ ਕਰਦਾ, ਹੰਕਾਰ ਕਿਸ ਗੱਲ ਦਾ ਕਰਾਂ ਸਜਣਾ। ਜਿਉਂਦਿਆਂ ਦੇ ਹੱਥ ਚੁੰਮਣ ਵਾਲੇ ਆਪਣੇ ਵੀ ਮਰਨ ਤੋਂ ਬਾਅਦ ਛੂ ਕੇ ਹੱਥ ਧੋਣ ਲੱਗ ਪੈਂਦੇ ਹੈ, ਆਪਣੇ ਵੀ ਮਰੀ ਹੋਈ ਬਾਡੀ ਨੂੰ, ਚਾਹੇ ਕੋਈ ਆਪਣਾ ਹੀ ਹੋਵੇ, ਛੂ ਕੇ ਫਿਰ ਹੱਥ ਧੋਣ ਲੱਗਦੇ ਹੈ। ਜੇ ਗੱਲ ਸੱਚੀ ਹੈ ਤਾਂ ਇੱਕ ਵਾਰ ਤਾੜੀ ਲਾ ਕੇ ਦਿਓ, ਤਾੜੀ ਮਾਰ ਦਿਓ। ਬਾਅਦ ਸਾਹਮਣੇ ਡਾ ਮਾਰਿਆ ਜਾ ਰਿਹਾ ਕਮਲਜੀਤ ਪਹਿਲਵਾਨ ਜੀ ਵੱਲੋਂ। ਉੱਪਰਲੇ ਪਾਸੇ ਕਮਲਜੀਤ ਹੈ, ਥੱਲੇ ਪਾਸੇ ਹੈਦੀ ਇਰਾਨ ਦੀ ਧਰਤੀ ਦਾ, ਦੁਨੀਆ ਦਾ ਟੌਪ ਦਾ ਮੱਲ ਹੈ, ਹਿੰਦੁਸਤਾਨ ਦਾ ਟੌਪ ਦਾ ਮੱਲ ਕਮਲਜੀਤ ਹੈ। ਸਮਾਂ 25 ਮਿੰਟ ਦਿੱਤਾ ਜਾ ਰਿਹਾ,
ਕੇ ਦਿਲੇ ਪਾਸੇ ਗੱਲ ਕੀ ਬਣਨੀ ਆ ਏ ਜਗੂਬਾ ਸੂ ਆ ਦੇਖ ਲੋਕ ਕਿੱਦਾਂ ਦੁਨੀਆ ਕਿੱਦਾਂ ਪਹੁੰਚੀ ਹੈ ਜੰਡੀ ਪਿੰਡ ਦੀ ਧਰਤੀ ਦੇ ਅੱਜ ਪੂਰੀ ਦੁਨੀਆ ਪੁੱਜੀ ਹੈ ਜੰਡੀ ਪਿੰਡ ਕਿੱਥੇ ਹੈ ਚੌਥੇ ਪਿੰਡ ਦੇ ਵਿੱਚ ਹੈ ਚੌਥਾ ਕਿੱਥੇ ਹੈ ਗੁਰਦਾਸਪੁਰ ਦੇ ਵਿੱਚ ਹੈ ਗੁਰਦਾਸਪੁਰ ਕਿੱਥੇ ਹੈ ਪੰਜਾਬ ਦੇ ਵਿੱਚ ਹੈ ਪੰਜਾਬ ਕਿੱਥੇ ਹੈ ਹਿੰਦੁਸਤਾਨ ਦੇ ਵਿੱਚ ਹੈ ਹਿੰਦੁਸਤਾਨ ਕਿੱਥੇ ਹੈ ਪੂਰੀ ਦੁਨੀਆ ਦੇ ਵਿੱਚ ਹੈ ਕਿੱਥੇ ਹੈ ਜੰਡੀ ਪਿੰਡ ਦੇ ਵਿੱਚ ਹੈ ਦੁਨੀਆ ਜੰਡੀ ਪਿੰਡ ਦੇ ਵਿੱਚ ਹੈ ਅਖਾੜੇ ਦੇ ਵਿੱਚ ਕੁਸ਼ਤੀ ਹੋ ਰਹੀ ਹੈ ਅਖਾੜੇ ਦੇ ਵਿੱਚ ਕੁਸ਼ਤੀ ਹੋ ਰਹੀ ਹੈ ਜਗੂਬ ਲੋਕ ਖੁਸ਼ ਹੋਏ ਆ ਯਾਰ ਕੁਸ਼ਤੀ ਵਧੀਆ ਤਾਂ ਲੋਕ ਆਪਣੀ ਕੁਸ਼ਤੀ ਹੈ ਉਹ ਜੰਡੀ ਪਿੰਡ ਵਾਲਿਆਂ ਨੇ ਅੱਜ ਬੱਲੇ ਬੱਲੇ ਕਰਵਾਈ ਹੈ ਬੱਲੇ 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 ਕੀ ਬਾਤ ਹੈ ਹਲਕੀ ਜੀ ਰਗੜ ਲੱਗੀ ਹੈ ਬਾਂਹ ਦੇ ਪਹਿਲਵਾਨ ਦੇ ਹਲਕੀ ਜੀ ਸੱਟ ਲੱਗੀ ਹੈ ਮਾਲਕ ਮਿਹਰ ਕਰੇ ਕਿਸੇ ਪਹਿਲਵਾਨ ਦੇ ਸੱਟ ਚੋਟ ਨਾ ਲੱਗੇ ਕਿ ਲੁੱਟਿਆ ਜਾਊਗਾ ਅੱਜ ਦਾ ਕੱਲ ਲੋਕੋ ਜਿਹੜਾ ਛੱਤੇ ਚੜ ਗਿਆ ਵਪਾਰੀਆਂ ਦੇ ਤੇਰਾ ਕੀ ਬਣੂ ਭੋਲਿਆ ਪੰਛੀਆ ਓਏ ਰੱਬ ਵੀ ਹੋ ਗਿਆ ਵੱਲ ਸ਼ਿਕਾਰੀਆਂ ਦੇ ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰਦਾ ਜਿਹੜੇ ਉੱਗ ਪੈਂਦੇ ਨੇ ਬਾਹਰ ਕਿਆਰੀਆਂ ਦੇ ਉਧਰ ਧੰਨ ਧੰਨ ਬਾਬਾ ਸ਼੍ਰੀ ਚੰਦ ਮੰਦਰ ਬਾਬਾ ਜੀ ਗੁਰਪ੍ਰੀਤ ਦਾਸ ਜੀ ਬੈਠੇ ਹੈ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਵੱਡਾ ਯੋਗਦਾਨ ਤੇ ਵੱਡਾ ਛਿੰਝ ਮੇਲਾ ਹੈ ਉਹ ਜੰਡੀ ਪਿੰਡ ਦੀ ਧਰਤੀ ਤੇ ਅੱਜ ਬੱਲੇ ਬੱਲੇ ਹੋ ਰਹੀ ਹੈ ਕਿਉਂਕਿ ਜੰਡੀ ਪਿੰਡ ਵਾਲਿਆਂ ਨੇ ਹਿੰਦੁਸਤਾਨ ਦਾ ਕੋਣਾ ਕੋਣਾ ਛਾਂਟਿਆ ਪਹਿਲਾਂ ਫਿਰ ਕਮਲ ਜੀ ਦਾ ਲੱਭਿਆ ਹੈ ਉਸ ਤੋਂ ਬਾਅਦ ਗੱਲ ਐਰਾਨ ਤੱਕ ਪੁੱਜੀ ਹੈ ਉਹ ਮੈਂ ਕਹਿੰਦਾ ਕਿ ਜੰਡੀ ਪਿੰਡ ਵਾਲਿਆਂ ਦੇ ਲਿੰਕ ਜੰਡੀ ਪਿੰਡ ਤੋਂ ਲੈ ਕੇ ਐਰਾਨ ਅਮੈਰੀਕਾ ਤੱਕ ਖਿਲ ਰਿਹਾ ਪਿਆ ਹੈ ਕੰਮ ਕਿਉਂਕਿ ਵੱਡਾ ਕਾਰੋਬਾਰ ਹੋਣਾ ਚਾਹੀਦਾ ਦੋ ਵੱਡੇ ਥੰਮ ਖੜੇ ਕੀਤੇ ਲਿਆ ਕੇ ਇੱਕ ਕਮਲਜੀਤ ਇੱਕ ਹੌਦੀ ਇਰਾਨ ਆਹ ਵੀ ਹੌਦੀ ਹੈ ਪਰ ਇਰਾਨ ਤੋਂ ਆਇਆ ਹੈ ਕਿਸੇ ਗੱਲ ਨੂੰ ਹੀ ਆਇਆ ਹੈ ਇਰਾਨ ਤੋਂ ਆਇਆ ਕਿਸੇ ਗੱਲ ਨੂੰ ਹੀ ਆਇਆ ਹੈ ਹੈਲੋ ਅਲੀ ਸਾਹਿਬ ਹਾਏ ਹਾਏ ਅਲੀ ਇੱਕ ਵੱਡੀ ਅਨਾਊਂਸਮੈਂਟ ਹੁਣ ਜਾ ਰਹੀ ਹੈ ਸੰਗਤ ਸੁਣਨ ਵਾਲੀ ਗੱਲ ਹੈ ਸਾਡੇ ਬੋਧ ਸਿੰਘ ਕ੍ਰੈਸ਼ਰ ਵਾਲੇ ਐਲਾਨ ਕਰਦੇ ਹੈ ਕਿ ਇੰਡੀਆ ਦਾ ਪੈਸਾ ਇੰਡੀਆ ਵਿੱਚ ਹੀ ਰਹੇ ਤਾਂ ਮਜ਼ਾ ਤਾਂ ਜੇ ਕਮਲਜੀਤ ਪਹਿਲਵਾਨ ਜਿੱਤੇ ਤਾਂ ਬੋਧ ਸਿੰਘ ਕ੍ਰੈਸ਼ਰ ਵਾਲੇ ਕਹਿੰਦੇ ਆ ਮੇਰੇ ਵੱਲੋਂ ਇੱਕ ਹਜ਼ਾਰ ਹੋਵੇਗਾ ਕਮਲਜੀਤ ਪਹਿਲਵਾਨ ਜੇਕਰ ਜਿੱਤ ਗਿਆ ਇੰਡੀਆ ਦਾ ਪੈਸਾ ਇੰਡੀਆ ਦੇ ਬੈਂਕ ਵਿੱਚ ਰਵੇ ਇੱਕ ਵਾਰ ਜ਼ੋਰਦਾਰ ਤਾੜੀ ਮਾਰਦੇ ਗੁੱਲ ਕੇ ਜ਼ੋਰਦਾਰ ਤਾੜੀ ਮਾਰਦੇ ਗੁੱਲ ਕੇ ਕਿ ਰਾਜਗੁਰੂ ਸੁਖਦੇਵ ਸਰਾਭੇ ਉੱਦਮ ਦਾ ਕੀ ਕਹਿਣਾ ਭਗਤ ਸਿੰਘ ਨੇ ਯਾਰੋ ਹਮੇਸ਼ਾ 23 ਸਾਲ ਦਾ ਰਹਿਣਾ ਲੋਕੀ ਸੁੱਚੇ ਮੂੰਹ ਉੱਠ ਕੇ ਨਾਮ ਸ਼ਹੀਦਾਂ ਦਾ ਲੈਂਦੇ ਨੇ ਮਰ ਜਾਂਦੇ ਜੋ ਦੇਸ਼ ਦੀ ਖਾਤਰ ਉਹ ਸਦਾ ਹੀ ਜਿਉਂਦੇ ਰਹਿੰਦੇ ਨੇ ਹਾਂਜੀ ਜਗੂਬ ਅਲੀ 1000 ਜਿਹੜਾ ਲੱਗਿਆ ਹੈ ਸਾਡੇ ਕ੍ਰੈਸ਼ਰ ਵਾਲੇ ਕੀ ਨਾਂ ਲਿਆ ਬੋਧ ਰਾਜ ਹੀ ਕਹਿੰਦੇ ਆ ਕਮਲਜੀਤ ਪ੍ਰਧਾਨ ਦੇ ਵਾਸਤੇ 1000 ਹੈ ਤੇ ਬਾਕੀ ਨੇ ਕਿ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ ਸਮਾਂ ਲੰਘ ਜਾਣਾ ਜਿਵੇਂ ਲੰਘਣ ਤਰੀਕਾ ਮੌਤ ਨਾ ਵੇਖੇ ਉਮਰ ਨੂੰ ਤਾਂ ਵਕਤ ਨਾ ਕਰੇ ਉਡੀਕਾਂ ਮੌਤ ਨਾ ਵੇਖੇ ਉਮਰ ਨੂੰ ਤਾਂ ਵਕਤ ਨਾ ਕਰੇ ਉਡੀਕਾਂ ਹੁਣ ਗੱਲ ਢੁਕਵੀਂ ਹੋਣੀ ਹੈ ਇੱਧਰ ਦੇਖਦੇ ਹਾਂ ਪਹਿਲਾਂ ਗੱਲ ਕੀ ਬਣ ਰਹੀ ਹੈ ਉਹ ਬੱਲੇ 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 ਯਾਰ ਇੱਕ ਪਾਸੇ ਹੌਦੀ ਹੈ ਇਰਾਨ ਵਾਲਾ ਤੇ ਦੂਜੇ ਪਾਸੇ ਹਿੰਦੁਸਤਾਨ ਦੀ ਸ਼ਾਨ ਹੈ ਕਮਲਜੀਤ ਪਹਿਲਵਾਨ ਆ ਕੇ ਬੋਧਾ ਬਾਈ ਰੱਖਣਾ ਉਸ ਜਵਾਨੀ ਦਾ ਚੌਹਾਨ ਯਾਰਾ ਕੀ ਫਾਇਦਾ ਜੇ ਇਸ ਨੂੰ ਨਸ਼ਿਆਂ ਦੇ ਵਿੱਚ ਪਾਈ ਰੱਖਣਾ ਲਓ ਜੇ ਗੱਲ ਸਹੀ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਬਾਈ ਉਧਰ ਟਾਈਮ ਫਿਨਿਸ਼ ਆਓ ਸਿਰਫ ਤੇ ਸਿਰਫ 5 ਮਿੰਟ ਦਾ ਇੰਤਜ਼ਾਰ ਕੀਤਾ ਜਾ ਰਿਹਾ 5 ਮਿੰਟ ਦੇ ਵਿੱਚ ਜਿਹੜਾ ਪਹਿਲਵਾਨ ਵੱਧ ਪੁਆਇੰਟ ਲੈ ਗਿਆ ਉਹ ਪਹਿਲਵਾਨ ਜੇਤੂ ਹੋਵੇਗਾ ਤੇ ਸਾਡੇ ਓਂਕਾਰ ਜੀ ਸਮਾਂ ਨੋਟ ਕਰ ਲਓ ਬੇ ਇੱਕ ਵਾਰ ਖੁੱਲ ਕੇ ਤਾੜੀ ਮਾਰ ਦਿਓ ਸਾਰੀ ਸੰਗਤ ਸਰਪੰਚ ਸਾਹਿਬ
मार दे ताड़ी खुल के समा पांच मिनट ते पांच मिनट में जोड़ा पहलवान वाद पढ़ ला गया वो पहलवान जेतू होगा बहुत टॉप की कुश्ती बहुत टॉप का दंगल खेल मैदान में खेडा जा रहा है लाओ सामने देखते हैं भी बड़ी बड़ी कुश्ती है बिकी भाजी भी भबा दे भार होए है धन्यवाद करते हैं बड़ी बड़ी कुश्ती चल रही है पंजाब पुलिस के मुलाजमान का भी खास करके धन्यवाद करते हैं जंडी वाले ने सिरा करवाता पर कुश्ती कुश्ती ईरान बड़ा जित गया पॉइंट नहीं बड़ी तगड़ी कुश्ती अली नहीं अजय नहीं अली अजय हले हले किन्ने पॉइंट हुए जी ये पांच मिनट दिते रेफरी साहब ने खुशकी हाय हाय के मित्रां दा रंग नेरा भीम वर्गा जेड़ हार दिया तो पावे जी चो नहीं सकदा बल्ले 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 एक मिनट दो चार मिनट दे विच ईरान दे दो पॉइंट ने ते कमलजीत अजे जीरो है कमलजीत अजे बाकी आ समा एक मिनट बल्ले वाओ कमलजीत सिया पर सट लगी पलवान दे आवे कोई वली पकंबर रोके लगने सट्टा बैठे सारे साथी हो पलवान दे सट लगी है मालिक करे सारी संगत बैठ जाओ लाओ सामने समा एक मिनट का बाकी है पिंडू बाजी समा एक मिनट हादी ईरान दे दो पॉइंट ते कमलजीत दा एक जे तुसी दा आनंद आ रहा ता ताड़ी खुल के मार दे खुल के पंडित बाजी पंडित जी मार दे ताड़ी कुश्ती दे वास्ते बहुत नजारे बंद कुश्ती है बलकार पलवान जी आनंद मार रहे हैं नाल साडे बहुत सरकारे सारे प्रबंधक वालों समा 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 हो हो पॉइंट दे बहाव ते हौदी ईरान वाला जेड़ा है वो विनर है एक बार जोरदार ताड़ी मार दे खुल के कमलजीत पहलवान डूमछड़ी दुनिया का बेताज बादशाह पहलवानी दे विचों वड़े मान सम्मान हासिल किए जिस मल है अज जंडी चौंता की धरती से बड़िया सेवावां लेके आए हैं सोनू सरपंच साहब ते हैदी ईरान दुनिया के टॉप के पहलवान।